ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਵਿੱਚ ਬੀਤੀ ਦੇਰ ਸ਼ਾਮ ਆਮ ਆਦਮੀ ਪਾਰਟੀ ਦੇ ਨੇਤਾ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਤੇ ਦੋ ਨਕਾਬਪੋਸ਼ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ। ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਦੱਸਿਆ ਕਿ ਰੋਜ਼ਾਨਾ ਦੇ ਵਾਂਗੂ ਉਹ ਬੀਤੀ ਦੇਰ ਸ਼ਾਮ ਗੁਰਦੁਆਰਾ ਤੋਂ ਆਪਣੇ ਘਰ ਨੂੰ ਵਾਪਸ ਆ ਰਹੇ ਸਨ ਤਾਂ ਜਿਵੇਂ ਹੀ ਉਹ ਘਰ ਦੇ ਅੰਦਰ ਦਾਖਲ ਹੋਣ ਲੱਗੇ ਤਾਂ ਘਰ ਦੇ ਬਾਹਰ ਗੇਟ ਤੇ ਮੋਟਰਸਾਈਕਲ ਦੋ ਨਕਾਬਪੋਸ਼ ਹਮਲਾਵਰਾਂ ਨੇ ਉਹਨਾਂ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੁਰਪ੍ਰਤਾਪ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਦੀ ਗੋਲੀ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਸਤਰਕ ਹੋ ਕੇ ਆਪਣੇ ਘਰ ਦੇ ਅੰਦਰ ਵੜ ਗਏ ਅਤੇ ਆਪਣੀ ਜਾਨ ਬਚਾਈ ਹੈ। ਦੂਜੇ ਪਾਸੇ ਹਮਲਾਵਰਾਂ ਦੇ ਵੱਲੋਂ ਲਗਾਤਾਰ 3-4 ਰਾਊਂਡ ਫਾਇਰਿੰਗ ਕੀਤੀ ਗਈ ਹੈ। ਮੈਂ ਭਾਈ ਦੇ ਨਾਲ ਹੀ ਅਕਸਰ ਰਹਿੰਦਾ ਵਾਂ ਅਤੇ ਕੱਲ੍ਹ ਅਸੀਂ ਰੋਜ਼ਾਨਾ ਦੀ ਤਰ੍ਹਾਂ ਲੋਕਾਂ ਦਾ ਧੰਨਵਾਦ ਕਰਨ ਲਈ ਜਿਨ੍ਹਾਂ ਨੇ ਸਾਨੂੰ ਪਾਰਟੀ ਦੇ ਵਰਕਰਾਂ ਨੂੰ ਮਿਲਣ ਲਈ ਅਸੀਂ ਗਏ ਪਿੰਡਾਂ ਦੇ ਵਿੱਚ ਅਤੇ ਵਰਕਰਾਂ ਨੂੰ ਮਿਲ ਕੇ ਬਾਅਦ 'ਚ ਅਸੀਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਰਮਦਾਸ ਬਾਬਾ ਬੁੱਢਾ ਸਾਹਿਬ ਦੇ ਮੱਥਾ ਟੇਕਿਆ। ਉੱਥੋਂ ਮੱਥਾ ਟੇਕ ਕੇ ਅਤੇ ਅਸੀਂ ਗੱਡੀ 'ਚ ਮੇਰੀ ਅਤੇ ਭਾਜੀ ਦੀ ਆਦਤ ਹੈ ਵੀ ਅਸੀਂ ਸ਼ੂਜ਼ ਘੱਟ ਹੀ ਪਾਉਂਦੇ ਹਾਂ, ਉੱਥੇ ਘਰ ਆ ਕੇ ਸ਼ੂਜ਼ ਹੋਏ। ਮੈਂ ਇੱਥੇ ਬੈਠ ਕੇ ਬੰਦੀ 'ਤੇ ਸ਼ੂਜ਼ ਪਾ ਰਿਹਾ ਸੀ ਅਤੇ ਭਾਜੀ ਮੇਰੇ ਲਾਗੇ ਖੜ੍ਹੇ ਆ, ਅਚਾਨਕ ਪਿੱਛੋਂ ਇੱਕ ਵਿਅਕਤੀ ਆਇਆ ਅਤੇ ਉਹਨੇ ਫਾਇਰ ਕੀਤਾ ਹੈ ਗੇਟ ਦੇ ਲਾਗੇ ਖੜ੍ਹ ਕੇ। ਅਤੇ ਮੈਂ ਭਾਜੀ ਕਹਿੰਦੇ ਵੀ ਸ਼ਾਇਦ ਕੋਈ ਟਾਇਰ ਫਟਿਆ ਜਾਂ ਕੀ ਚੱਕਰ, ਉਹ ਬਾਹਰ ਨੂੰ ਮੈਂ ਅਤੇ ਭਾਜੀ ਨੇ ਬਾਹਰ ਨੂੰ ਵੇਖਿਆ ਤਾਂ ਉਨੇ ਚਿਰ ਨੂੰ ਉਹਨੇ ਫਿਰ ਦੂਜੀ ਗੋਲੀ ਚਲਾ ਦਿੱਤੀ ਆ। ਉਹ ਅਸੀਂ ਗੱਡੀ ਦੀ ਆੜ ਵਿੱਚ ਪਿੱਛੇ ਨੂੰ ਭੱਜ ਗਏ ਹਾਂ ਅਤੇ ਗੱਡੀ ਗੋਲੀ ਜਿਹੜੀ ਇੱਕ ਤਾਂ ਗੱਡੀ ਨੂੰ ਅੰਟ ਕਰਾਈ ਆ ਅਤੇ ਇੱਕ ਦੋ ਰਾਊਂਡ ਮਿਸ ਵੀ ਹੋਏ ਆ, ਪੁਲਿਸ ਨੇ ਬਰਾਮਦ ਕਰ ਲਏ ਮੌਕੇ 'ਤੇ। ਤੁਹਾਨੂੰ ਲੱਗਦਾ ਕਿੰਨੇ ਲੋਕ ਸਨ ਕਾਤੇ ਸੀ? ਜੀ ਵੇਖੋ, CCTV ਕੈਮਰੇ ਦੀਆਂ ਫੋਟੋਆਂ ਤੋਂ ਤਾਂ ਦੋ ਵਿਅਕਤੀਆਂ ਦਾ ਪਤਾ ਲੱਗਾ ਵੀ ਦੋ ਵਿਅਕਤੀ ਇੱਕ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਇੱਕ ਜਿਹਨੇ ਫਾਇਰ ਕੀਤੇ ਬੰਦੇ, ਅਤੇ ਬਾਕੀ ਹੋਰ ਵੀ ਹੋ ਸਕਦੇ ਕਿਉਂਕਿ ਰਸਤਾ ਚੱਲਦਾ ਸੀ ਪਰ ਉਹਦੇ 'ਚ ਜ਼ਿਆਦਾ ਸਾਫ਼ ਹਨੇਰੇ 'ਚ ਪਤਾ ਨਹੀਂ ਲੱਗਾ। ਮੈਂ ਰੋਜ਼ਾਨਾ ਦੀ ਤਰ੍ਹਾਂ ਲੋਕਾਂ ਨੂੰ ਰੋਜ਼ ਮਿਲਦਾ, ਅੱਜ ਵੀ ਮੈਂ ਪਿੰਡਾਂ 'ਚੋਂ ਰਾਤ ਲੇਟ ਆਵਰ ਪਹੁੰਚਿਆ, ਮੇਰੇ ਨਾਲ 4-5 ਹੋਰ ਵੀ ਹਲਕੇ ਦੇ ਵਰਕਰ ਸਾਥੀ ਸਨ। ਅਜੇ ਮੈਂ ਗੱਡੀ ਉੱਤਰ ਕੇ ਗੇਟ 'ਤੇ ਲਾਈ ਹੈ, ਐਂਟਰੀ ਕੀਤੀ ਆ। ਅੱਗੇ ਇਸ ਟਾਈਮ 'ਤੇ ਮੈਂ ਤਕਰੀਬਨ ਸ਼ਾਮ ਲੇਟ ਆਵਰ ਸੈਰ ਸੂਰ ਕਰਦਾ ਹੁੰਦਾ ਅੰਦਰ ਗੇਟ ਦੇ ਲਾਗੇ, ਅਤੇ ਉਹ ਗੇਟ ਦੇ ਬਾਹਰ ਜਾਲ ਦੇ ਵਿੱਚ ਉਹਦੇ ਨਾਲ ਨਿਸ਼ਾਨਾ ਬਣਾ ਕੇ ਜਦੋਂ ਇੱਕ ਗੋਲੀ ਚੱਲੀ, ਉਦੋਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਪਹਿਲੀ ਗੋਲੀ ਤਾਂ ਲੱਗਾ। ਮੇਰੇ ਨਾਲ ਜਿਹੜਾ ਦੂਜਾ ਵਿਅਕਤੀ ਜੋ ਮੇਰਾ ਸਾਥੀ ਗੱਡੀ ਚਲਾ ਰਿਹਾ ਹੈ, ਉਹ ਥੱਲੜੇ ਬੰਨੇ ਲੱਗ ਕੇ ਬੂਟ ਪਾ ਰਿਹਾ ਹੈ ਅਤੇ ਮੈਂ ਵੀ ਜੁੱਤੀ ਪਾ ਰਿਹਾ ਕਿਉਂਕਿ ਅਸੀਂ ਵਿੱਚੋਂ ਪਿੰਡਾਂ ਸਾਨੂੰ ਹੋ ਗਏ ਰਮਦਾਸ ਮੱਥਾ ਟੇਕਣ ਨੂੰ ਆ ਗਏ। ਅਤੇ ਜਦੋਂ ਮੈਂ ਵੇਖਿਆ ਇਹਨੇ ਕਿਹਾ ਗੋਲੀ ਚੱਲ ਗਈ, ਅਤੇ ਮੈਂ ਧਿਆਨ ਮਾਰਿਆ ਤਾਂ ਸਿੱਧੀ ਗੋਲੀ ਦੂਜੀ ਮੇਰੇ ਵੱਲ ਨੂੰ ਆਈ ਹੈ ਅਤੇ ਮੈਂ ਛੇਤੀ ਨਾਲ ਗੱਡੀ ਵੱਲ ਨੂੰ ਪਿੱਛੇ ਨੂੰ ਹੋਇਆ, ਮੈਂ ਆਵਾਜ਼ ਵੀ ਦਿੱਤੀ ਫੜੋ ਇਹਨਾਂ ਨੂੰ। 4-5 ਜਣੇ ਸੀ ਜਦੋਂ ਗੋਲੀ ਦੀ ਆਵਾਜ਼ ਸੁਣੀ, ਬਾਕੀ ਸਾਥੀ ਮੇਰੇ ਖਿੰਡਰ ਗਏ, ਉਹ ਇੱਧਰ ਨੂੰ ਭੱਜ ਗਿਆ ਕੋਠੀ 'ਚ ਇੱਧਰ ਨੂੰ ਭੱਜਿਆ, ਔਰ ਮੈਨੂੰ ਵੀ ਧੱਕ ਇੱਧਰ ਨੂੰ ਖਿੱਚੀ ਗਏ। ਉਹ ਫਿਰ ਮੇਰੇ ਪਿੱਛੇ ਗੋਲੀ ਚਲਾਉਂਦੇ ਰਹੇ, ਕੁਝ ਉਹਨਾਂ ਦੀਆਂ ਗੋਲੀਆਂ ਮਿਸ ਵੀ ਹੋਈਆਂ, ਬਾਅਦ 'ਚ ਪਤਾ ਲੱਗਾ। ਕੈਮਰੇ ਵੀ ਲੱਗੇ ਆ ਮੇਰੇ ਇੱਥੇ, ਉਹਨਾਂ ਦੀ ਸ਼ਾਇਦ ਕੈਮਰਿਆਂ ਦੇ ਵਿੱਚ ਫੁਟੇਜ ਆਈ ਆ। ਕਿੰਨੇ ਰਾਊਂਡ ਫਾਇਰ ਕੀਤੇ ਹੋਏ ਲੱਗਦਾ? ਜੋ ਮੈਨੂੰ 3 ਤਾਂ ਮੈਂ ਆਪ ਆਵਾਜ਼ ਸੁਣੀ ਹੈ ਜੀ, ਉਦੋਂ ਬਾਅਦ ਤਾਂ ਮੈਨੂੰ ਧੱਕੇ ਅੰਦਰ ਨੂੰ ਲੈ ਗਏ ਆ, ਅਤੇ 2 ਉੱਥੋਂ ਬਾਅਦ ਜਿੰਦਾ ਰਾਊਂਡ ਸੀ। ਫੁਟੇਜ ਦੇਖੀ ਕੁਛ ਨਜ਼ਰ ਆਇਆ ਉਹਦੇ 'ਚ? ਪੁਲਿਸ ਹੀ ਅਜੇ ਆਪਣੀ ਜਿਹੜੀ ਆ ਉਹ ਕਾਰਵਾਈ ਕਰ ਰਹੀ ਹੈ, ਮੈਂ ਤਾਂ ਹੁਣ ਵੇਖਾਂਗਾ। ਪਹਿਲਾਂ ਤਾਂ ਮੈਂ 4:45 ਵਜੇ ਤਾਂ ਰਾਤ ਸੁੱਤਾ, ਮਨ ਦੇ ਉੱਤੇ ਗੱਲ ਸੀ ਵੀ ਮਤਲਬ ਇਹ ਗਲਤ ਜਿਹੜਾ ਚੱਲ। ਦੇਖੋ, ਮੈਂ ਇਹਦੇ ਬਾਰੇ ਜੇ ਕੁਝ ਇਸ ਕਰਕੇ ਨਹੀਂ ਕਹਿਣਾ ਚਾਹੁੰਦਾ ਵੀ ਪੁਲਿਸ SSP ਸਾਹਿਬ ਹੀ ਰਾਤ ਇੱਥੇ ਰਹੇ ਆਪ 1 ਵਜੇ ਤੱਕ ਇਨਵੈਸਟੀਗੇਸ਼ਨ ਕਰ ਰਹੀ ਆ, ਪਰ ਇਹ ਬਹੁਤ ਮੱਦਭਾਗੀ ਗੱਲ ਆ ਕਿਉਂਕਿ ਸਾਡਾ ਜਿਹੜਾ ਇਲਾਕਾ ਬਾਰਡਰ 'ਤੇ ਹੋਣ ਕਰਕੇ ਇੱਥੇ ਲੋਕ ਜਿਹੜੇ ਇੱਥੇ ਗੈਂਗਸਟਰ ਦੂਜੇ ਤੀਜੇ ਜਿਹੜੇ ਆ ਨਸ਼ੇ ਦੇ ਜਿਹੜੇ ਸੌਦਾਗਰ ਨੇ ਕਾਫੀ ਜ਼ਿਆਦਾ ਇੱਥੇ ਮਤਲਬ ਹੈਗੇ ਨੇ। ਕੋਈ ਪੋਲੀਟੀਕਲ ਵੀ ਰੈਂਸਾਂ ਹੋ ਸਕਦੀਆਂ, ਪਰ ਕਈ ਮੈਂ ਤਾਂ ਸਮਝਦਾ ਵੀ ਇਹ ਜਿੰਨਾ ਚਿਰ ਕੋਈ ਗੱਲ ਸਾਹਮਣੇ ਨਹੀਂ ਆਉਂਦੀ, ਪਰ ਹੈ ਬੜੀ ਮੱਦਭਾਗੀ ਗੱਲ। ਇਹਦੇ ਵਿੱਚ ਮੈਂ ਰਾਤੀਂ ਵੀ ਮੈਨੂੰ ਜਿਹੜੇ ਸਾਡੇ ਵਿਰੋਧੀ ਪਾਰਟੀਆਂ ਦੇ ਲੀਡਰ ਉਹਨਾਂ ਦੇ ਫੋਨ ਆਉਂਦੇ ਸੀ ਜਿਹੜੇ ਲੋਕ, ਪਰ ਮੈਂ ਉਹਨਾਂ ਨੂੰ ਕਿਹਾ ਵੀ ਇਹਨੂੰ ਤਗੜੇ ਹੋ ਕੇ ਸਾਰਿਆਂ ਨੂੰ ਇਸ ਜਿਹੜੀ ਘਟਨਾ ਦੀ ਜਿਹੜੇ ਦੋਸ਼ੀ ਨੇ ਉਹਨਾਂ ਉਹਦੇ ਵਿੱਚ ਆਉਣਾ ਚਾਹੀਦਾ। ਪੁਲਿਸ ਦਾ ਕਿਸ ਤਰ੍ਹਾਂ ਦਾ ਟਰੈਕ ਰਿਹਾ? ਪੁਲਿਸ SSP ਸਾਹਿਬ ਸਾਡੇ ਉਸੇ ਵੇਲੇ ਡਿਊਟੀ ਸਾਹਿਬ ਸਾਰੀ ਪੁਲਿਸ ਆ ਗਈ ਸੀ,
ਮੈਂ ਅੱਜ ਕੱਲ੍ਹ ਚੌਂਕ ਦੇ ਵਿੱਚ ਖੜ੍ਹਾ ਸੀ, ਮੈਨੂੰ ਇਤਲਾਹ ਮਿਲੀ ਕਿ ਗੁਰਪ੍ਰਤਾਪ ਸਿੰਘ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਰਿਹਾ, ਇਹਦੇ 'ਤੇ ਕੋਈ ਫੈਰ ਹੋਇਆ। ਮੈਂ ਮੌਕਾ 'ਤੇ ਪੁੱਜਾ ਅਤੇ ਉੱਥੇ ਜਾ ਕੇ ਅਤੇ ਮੈਂ ਬਿਆਨ ਹਾਸਲ ਕੀਤਾ ਅਤੇ ਮੁਲਾਜ਼ਮ ਮੌਕਾ ਕੀਤਾ ਅਤੇ ਦੋਸ਼ੀ ਜਿਹੜਾ ਵਾ ਜੇ ਨਾਮਜ਼ਦ ਨਹੀਂ ਹੋਇਆ, ਇਹਨੂੰ ਜਲਦੀ ਤੋਂ ਜਲਦੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾਵੇ। ਜਿੰਨਾ ਉਹਨਾਂ ਨੇ ਦੱਸਿਆ ਕਿ ਮੈਂ ਆਪਣਾ ਬਾਹਰੋਂ ਕਾਰੋਬਾਰ ਤੋਂ ਆਪਣੇ ਮੀਟਿੰਗ ਤੋਂ ਆ ਰਿਹਾ ਸੀ ਪਿੰਡਾਂ ਦੇ ਵਿੱਚ, ਜਦੋਂ ਮੈਂ ਘਰ ਗੱਡੀ ਮੋੜੀ ਆ ਅਤੇ ਮਗਰੋਂ ਹੀ ਮੇਰੇ ਫੈਰ ਹੋ ਗਿਆ। ਉਹਦੇ ਵਿੱਚ ਦੋ ਬੰਦੇ ਨਜ਼ਰ ਆਇਆ, ਇੱਕ ਫੈਰ ਕਰਦਾ ਆ ਪਹਿਲਾਂ ਮੋਟਰਸਾਈਕਲ ਦੇ ਉੱਤੇ ਉੱਤੋਂ ਉਤਰਿਆ ਅਤੇ ਉਹ ਫੋਟੋ ਅਜੇ ਹਨੇਰਾ ਹੋਣ ਕਰਕੇ ਧੁੰਦਲੀ ਆ ਰਹੀ। ਮਾਮਲਾ 307 34 55 59 ਦਾ ਕੀਤਾ। ਇਹ ਜਲਦੀ ਤੋਂ ਜਲਦੀ ਜੀ ਅਸੀਂ ਦਸਵੀਆਂ ਦਿਨਾਂ ਦੇ ਵਿੱਚ ਇਹਨੂੰ ਕਰਕੇ ਅਤੇ ਹੈਂਡਲ ਕਰਾਂਗੇ, ਜੋ ਵੀ ਅਸਲ ਤੱਥ ਆਉਣਗੇ ਉਹਨਾਂ ਦੇ ਉੱਤੇ ਸਬੂਤਾਂ 'ਤੇ ਚੱਲਾਂਗੇ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।